ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ, ਇੰਪੋਰਟੈਂਟ ਵਲੌਗ ਹੈ ਅੱਜ ਦਾ। ਅਤੇ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਵੱਲੋਂ ਇੱਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ। ਬਹੁਤ ਸਾਰੀਆਂ ਨੈਗੇਟਿਵ ਨਿਊਜ਼ ਜਿਹੜੀਆਂ ਨੇ ਉਹ ਪਿਛਲੇ ਕੁਝ ਦਿਨਾਂ ਤੁਸੀਂ ਦੇਖ ਰਹੇ ਹੋ, ਪਰ ਇੱਕ ਹੋਰ ਪੋਜ਼ਿਟਿਵ ਖਬਰ ਜਿਹੜੀ ਹੈ ਉਹ ਆਈ ਹੈ। ਅਤੇ ਉਸ ਤੋਂ ਇੱਕ ਚੀਜ਼ ਤਾਂ ਬੜੀ ਕਲੀਅਰ ਹੋ ਗਈ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਪੰਜਾਬੀ ਨੇ, ਭਾਵੇਂ ਉਹ ਟੈਂਪਰੇਰੀ ਰੈਜ਼ੀਡੈਂਸ 'ਤੇ ਨੇ ਜਾਂ ਫਿਰ ਕਿਸੇ ਵੀ ਪੰਜਾਬੀ ਕਿਉਂ ਜਿਹੜੇ ਵੀ ਟੈਂਪਰੇਰੀ ਰੈਜ਼ੀਡੈਂਸ ਵਾਲੇ ਕਿਸੇ ਵੀ ਕੰਟਰੀ ਤੋਂ ਆਏ ਨੇ, ਉਹਨਾਂ ਸਾਰਿਆਂ ਵਾਸਤੇ ਕੈਨੇਡਾ ਗੌਰਮੈਂਟ ਜ਼ਰੂਰ ਸੋਚ ਵਿਚਾਰ ਕਰ ਰਹੀ ਹੈ। ਬੀਤੇ ਦਿਨਾਂ ਤੋਂ ਲੰਮਾ ਪ੍ਰੋਟੈਸਟ ਜਿਹੜਾ ਹੈ ਉਹ ਕਰ ਰਹੇ ਸੀਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ, ਜਿਨ੍ਹਾਂ ਦਾ ਇਸ ਸਾਲ ਐਕਸਪਾਇਰ ਹੋਣ ਵਾਲਾ ਹੈ। ਤਕਰੀਬਨ 70,000 ਉਹ ਸਟੂਡੈਂਟ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਅਤੇ ਜਿਨ੍ਹਾਂ 'ਤੇ ਡੈਪੋਟੇਸ਼ਨ ਦੀ ਤਲਵਾਰ ਲਟਕੀ ਹੋਈ ਸੀਗੀ, ਉਹਨਾਂ ਨੂੰ ਲੈ ਕੇ ਹੁਣ ਕੈਨੇਡਾ ਗੌਰਮੈਂਟ ਨੇ ਇੱਕ ਵੱਡੀ ਅਨਾਊਂਸਮੈਂਟ ਕਰ ਦਿੱਤੀ ਹੈ। ਦਰਅਸਲ ਕੀ ਉਹ ਅਨਾਊਂਸਮੈਂਟ ਹੈ ਅਤੇ ਉਸ ਅਨਾਊਂਸਮੈਂਟ ਦੇ ਵਿੱਚ ਕੌਣ ਕੌਣ ਐਲੀਜੀਬਲ ਹੋਵੇਗਾ, ਕਿਹੜੀ ਇਹ ਪਬਲਿਕ ਪਾਲਿਸੀ ਜਿਹੜੀ ਹੈ ਉਹ ਗੌਰਮੈਂਟ ਆਫ ਕੈਨੇਡਾ ਲੈ ਕੇ ਆਈ ਹੈ, ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਟ SOP ਛਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ, ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੀ ਇਹ ਨਵੀਂ ਪਬਲਿਕ ਪਾਲਿਸੀ ਆਈ ਹੈ ਇਹ ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਕਹਿ ਸਕਦੇ ਹਾਂ ਕਿ ਫੈਡਰਲ ਗੌਰਮੈਂਟ ਨੇ ਇੱਕ ਅਧਿਕਾਰ ਦੇ ਦਿੱਤਾ ਹੈ ਕਿ ਜਿਹੜੇ ਵੀ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਅਤੇ ਜਿਨ੍ਹਾਂ ਦੀ ਫਾਈਲ PNPs ਦੇ ਵਿੱਚ ਲੱਗੀ ਹੋਈ ਹੈ, ਯਾਨੀ ਕਿ ਕੈਨੇਡਾ ਦੇ ਵਿੱਚ ਵੱਖਰੀਆਂ ਵੱਖਰੀਆਂ ਪ੍ਰੋਵਿੰਸ ਆਪਣੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਚਲਾਉਂਦੀਆਂ ਨੇ ਜਿਹਦੇ ਅਧੀਨ ਜਿਹੜਾ ਹੈ ਉਹ ਲੋਕਾਂ ਨੂੰ PR ਕੀਤਾ ਜਾਂਦਾ, ਜਾਂ ਕਹਿ ਸਕਦੇ ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਸਟੂਡੈਂਟ ਜਾਂਦੇ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਸਟੇ ਦੇ ਉੱਤੇ ਹੁੰਦੇ ਨੇ ਉਹਨਾਂ ਨੂੰ PR ਦਿਵਾਉਣ ਦਾ ਕਹਿ ਸਕਦੇ ਕਿ ਇੱਕ ਪਾਥਵੇ ਹੁੰਦਾ ਹੈ PNPs ਦੇ ਥਰੂ, ਅਤੇ PNPs ਜਿਹੜੀਆਂ ਨੇ ਉਹ ਪ੍ਰੋਵਿੰਸ਼ੀਅਲ ਗੌਰਮੈਂਟ ਯਾਨੀ ਕਿ ਸਟੇਟ ਗੌਰਮੈਂਟ ਦੇ ਵੱਲੋਂ ਸੰਚਾਲਿਤ ਕੀਤੀਆਂ ਜਾਂਦੀਆਂ ਜਾਂ ਚਲਾਈਆਂ ਜਾਂਦੀਆਂ ਨੇ। ਫੈਡਰਲ ਗੌਰਮੈਂਟ ਨੇ ਅਧਿਕਾਰ ਦਿੱਤਾ ਹੈ PNPs ਨੂੰ ਕਿ ਉਹ ਆਪਣੇ ਲੈਵਲ ਦੇ ਉੱਤੇ ਇੱਕ ਲੈਟਰ, ਸਪੋਰਟ ਲੈਟਰ ਇਸ਼ੂ ਕਰਕੇ ਅਤੇ ਜਿਹੜੇ ਵੀ ਇਲੀਜੀਬਲ ਨੇ, ਖਾਸ ਕਰਕੇ ਜਿਨ੍ਹਾਂ ਦੀ ਰਿਕੁਆਇਰਮੈਂਟ ਹੈ ਉਸ ਪ੍ਰੋਵਿੰਸ ਨੂੰ, ਯਾਨੀ ਕਿ ਉਸ ਪ੍ਰੋਵਿੰਸ ਨੂੰ ਜੇਕਰ ਨੀਡ ਹੈ ਤਾਂ ਉਹ ਇੱਕ ਸਪੋਰਟ ਲੈਟਰ ਦੇਵੇਗੀ, ਅਤੇ ਉਹ ਸਪੋਰਟ ਲੈਟਰ ਦੇ ਆਧਾਰ ਦੇ ਉੱਤੇ ਆ ਕਹਿ ਸਕਦੇ ਕਿ ਉਸ ਸਪੋਰਟ ਲੈਟਰ ਨੂੰ ਆਧਾਰ ਬਣਾ ਕੇ ਤੁਸੀਂ ਆਪਣੀ ਕਹਿ ਸਕਦਾ ਕਿ PGWP ਨੂੰ ਐਕਸਟੈਂਡ ਕਰਵਾ ਸਕਦੇ ਹੋ। ਹੁਣ ਇਹਦਾ ਜਿਹੜਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਉਹ ਇਹ ਰੱਖਿਆ ਗਿਆ ਕਿ ਜਿਨ੍ਹਾਂ ਦਾ ਵੀ ਵਰਕ ਪਰਮਿਟ 7 May 2024 ਤੋਂ ਬਾਅਦ ਐਕਸਪਾਇਰ ਹੋਇਆ ਹੈ ਜਾਂ ਹਾਲੇ ਵੈਲਿਡ ਹੈ ਅਤੇ ਇਸ ਸਾਲ ਦੇ ਆਖਰ ਤੱਕ ਐਕਸਪਾਇਰ ਹੋ ਰਿਹਾ ਹੈ, ਉਹ ਸਾਰੇ ਇਸ ਦੇ ਵਿੱਚ ਐਲੀਜੀਬਲ ਹੋਣਗੇ, ਯਾਨੀ ਕਿ ਉਹਨਾਂ ਸਾਰਿਆਂ ਨੂੰ ਹੀ ਕਹਿ ਸਕਦੇ ਹਾਂ ਕਿ ਇਹ ਐਕਸਟੈਂਸ਼ਨ ਮਿਲ ਸਕਦੀ ਹੈ। ਪਰ ਇਹਦੇ ਵਿੱਚ ਇੱਕ ਸ਼ਰਤ ਹੈ, ਸ਼ਰਤ ਕੀ ਹੈ ਕਿ ਤੁਹਾਡੀ ਜਿਹੜੀ ਪ੍ਰੋਵਿੰਸ ਹੈ ਉਹ ਉਸਨੂੰ ਕਹਿ ਸਕਦੇ ਹਾਂ ਕਿ ਰਿਕਮੈਂਡੇਸ਼ਨ ਲੈਟਰ ਦੇਵੇ, ਯਾਨੀ ਸਪੋਰਟ ਲੈਟਰ ਦੇਵੇ। ਹੁਣ ਪ੍ਰੋਵਿੰਸ ਇਹਦੇ ਵਿੱਚ ਇੱਕ ਝੋਲ ਹੈ, ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡਾ ਕੈਸ਼ ਹੈ, ਯਾਨੀ ਕਿ ਜੇਕਰ ਉਸ ਪ੍ਰੋਵਿੰਸ ਨੂੰ ਜਿਸ ਕੈਂਡੀਡੇਟ ਦੀ ਲੋੜ ਹੋਵੇਗੀ, ਯਾਨੀ ਕਿ ਜਿਹੜਾ ਉਹਨਾਂ ਨੂੰ ਲੱਗੇ ਕਿ ਹਾਂ ਭਾਈ ਇਹ ਸਾਡੀ ਪ੍ਰੋਵਿੰਸ ਵਾਸਤੇ ਹੁਣ ਤੱਕ ਸਹੀ ਇਹਦਾ ਰਿਕਾਰਡ ਰਿਹਾ ਹੈ, ਜਾਂ ਫਿਰ ਸਾਡੀ ਪ੍ਰੋਵਿੰਸ ਵਾਸਤੇ ਇਸ ਸ਼ਖਸ਼ ਦੇ ਵੱਲੋਂ XYZ ਇਹ ਐਕਟੀਵਿਟੀ ਜਿਹੜੀ ਕੀਤੀ ਜਾ ਰਹੀ ਹੈ ਉਹਦੀ ਰਿਕੁਆਇਰਮੈਂਟ ਹੈ, ਯਾਨੀ ਕਿ ਜੇ ਮੰਨ ਲਿਆ ਕੋਈ ਪਲੰਬਰ ਹੈ ਜਾਂ ਕੋਈ ਇਲੈਕਟ੍ਰੀਸ਼ੀਅਨ ਹੈ ਜਾਂ ਫਿਰ ਕੋਈ ਹੈਲਥ ਨਾਲ ਜੁੜਿਆ ਹੋਇਆ ਹੈ, ਤਾਂ ਉਹਨਾਂ ਦੀ ਰਿਕੁਆਇਰਮੈਂਟ ਮੋਸਟਲੀ ਪ੍ਰੋਵਿੰਸਿਸ ਨੂੰ ਹੁੰਦੀ ਹੈ। ਸੋ ਉਹਨਾਂ ਨੂੰ ਖਾਸ ਕਰਕੇ ਇਸ ਪਬਲਿਕ ਪਾਲਿਸੀ ਦਾ ਸਭ ਤੋਂ ਵੱਧ ਫਾਇਦਾ ਮਿਲ ਸਕਦਾ ਹੈ। ਹਾਂ, ਕਈ ਅਜਿਹੀਆਂ ਚੀਜ਼ਾਂ ਹੋਣ, ਕਈ ਅਜਿਹੀਆਂ
ਐਕਟੀਵਿਟੀਜ਼ ਹੋਣਗੀਆਂ, ਜੋਬਸ ਹੋਣਗੀਆਂ ਜਿਸ ਦੀ ਉਸ ਪ੍ਰੋਵਿੰਸ ਨੂੰ ਰਿਕੁਆਇਰਮੈਂਟ ਨਹੀਂ ਹੈਗੀ ਜਾਂ ਇਨ ਡਿਮਾਂਡ ਉਸ ਪ੍ਰੋਵਿੰਸ ਦੇ ਵਿੱਚ ਨਹੀਂ ਹੈਗਾ, ਉਹਨਾਂ ਵਾਸਤੇ ਇਹ ਪਾਲਿਸੀ ਜਿਹੜੀ ਹੈ ਉਹ ਕਹਿ ਸਕਦੇ ਆ ਕਿ ਹੋ ਸਕਦਾ ਹੈ ਕਿ ਲਾਹੇਵੰਦ ਨਾ ਹੋਵੇ, ਉਹਨਾਂ ਨੂੰ ਸਪੋਰਟ ਲੈਟਰ ਜਿਹੜਾ ਪ੍ਰੋਵਿੰਸ ਨਾ ਇਸ਼ੂ ਕਰੇ, ਬਟ ਜਿਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹਨਾਂ ਨੂੰ ਸਪੋਰਟ ਲੈਟਰ ਇਸ਼ੂ ਕੀਤਾ ਜਾਵੇਗਾ ਅਤੇ ਉਹਦੇ ਆਧਾਰ ਦੇ ਉੱਤੇ ਉਹ ਆਪਣਾ ਐਕਸਟੈਂਸ਼ਨ ਅਪਲਾਈ ਕਰ ਸਕਦੇ ਨੇ। ਉਸ ਤੋਂ ਇਲਾਵਾ ਤੁਹਾਡਾ ਜਿੱਥੇ ਤੁਸੀਂ ਕੰਮ ਕਰ ਰਹੇ ਇੰਪਲੋਇਰ ਦੇ ਵੱਲੋਂ ਵੀ ਇੱਕ ਰਿਕਮੈਂਡੇਸ਼ਨ ਲੈਟਰ ਚਾਹੀਦਾ ਹੋਵੇਗਾ, ਜਿੱਥੇ ਤੁਹਾਡੀ ਕਰੰਟ ਇੰਪਲੋਇਮੈਂਟ ਹੈ, ਜਿੱਥੇ ਤੁਸੀਂ ਕੰਮ ਕਰ ਰਹੇ ਹੋ। ਉਸ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਤੁਹਾਡੀ ਫਾਈਲ ਕਿਸੇ ਨਾ ਕਿਸੇ PNP 'ਚ ਲੱਗੀ ਹੋਵੇ, ਯਾਨੀ ਕਿ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕਿਤੇ ਸ਼ੋਅ ਕੀਤਾ ਹੋਵੇ ਜਾਂ ਫਿਰ ਕਿਸੇ PNP ਦੇ ਥਰੂ ਤੁਸੀਂ ਆਪਣੀ ਫਾਈਲ ਲੌਜ਼ ਕੀਤੀ ਹੋਵੇ ਅਤੇ ਤੁਹਾਨੂੰ ਹਾਲੇ ਕਹਿ ਸਕਦਾ ਕਿ PR ਤੁਸੀਂ ਨਾ ਆਏ ਹੋ, ਤੁਹਾਡੀ ਜਿਹੜੀ ਫਾਈਲ ਹੈ ਉਹ PNP ਦੇ ਵਿੱਚ ਲੱਗੀ ਹੋਵੇ। ਸੋ ਉਹੀ ਇਲੀਜੀਬਲ ਹੋਣਗੇ, ਜਿਨ੍ਹਾਂ ਦੀ ਫਾਈਲ PNP ਦੇ ਵਿੱਚ ਨਹੀਂ ਲੱਗੀ ਉਹ ਇਸ ਇਲੀਜੀਬਿਲਿਟੀ ਕ੍ਰਾਈਟੇਰੀਆ ਤੋਂ ਬਾਹਰ ਨੇ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਬਹੁਤ ਧਿਆਨ ਦੇਣ ਵਾਲੀ ਹੈ ਅਤੇ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਓ ਕਿ ਇਸ ਪਬਲਿਕ ਪਾਲਿਸੀ ਦੀ ਆਖਰੀ ਡੇਟ ਜਿਹੜੀ ਹੈ ਉਹ 31 ਦਸੰਬਰ 2024 ਹੈ, ਯਾਨੀ ਕਿ ਇਸ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲਿਓ ਅਤੇ ਇਹ ਪਾਲਿਸੀ ਇਸ ਤੋਂ ਪਹਿਲਾਂ ਵੀ ਬੰਦ ਕੀਤੀ ਜਾ ਸਕਦੀ ਹੈ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ। ਸੋ ਇਹ ਚੀਜ਼ ਧਿਆਨ ਰੱਖਣੀ ਹੈ, ਕੋਸ਼ਿਸ਼ ਕਰਿਓ ਕਿ ਜਿੰਨੀ ਜਲਦੀ ਹੋ ਸਕੇ ਇਹਦੇ ਵਿੱਚ ਜੇਕਰ ਤੁਸੀਂ ਫਾਲ ਕਰਦੇ ਹੋ ਤਾਂ ਆਪਣਾ ਬੈਨੀਫਿਟ ਲੈ ਲਿਓ, ਨਹੀਂ ਤਾਂ ਇਹ ਪਾਲਿਸੀ ਜਿਹੜੀ ਐਕਸਪਾਇਰ ਵੀ ਹੋ ਸਕਦੀ। ਪਿਛਲੇ ਮਹੀਨੇ ਮੈਨੀਟੋਬਾ ਦੇ ਵੱਲੋਂ 6700 ਕਹਿ ਸਕਦਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਫੈਸਲਾ ਕੀਤਾ ਗਿਆ। ਉਸ ਤੋਂ ਇਲਾਵਾ ਅਲਬਰਟਾ ਦੇ ਵੱਲੋਂ ਵੀ ਐਕਸਟੈਂਸ਼ਨ ਦੇਣ ਦਾ ਐਲਾਨ ਕੀਤਾ ਗਿਆ ਅਤੇ ਇਹ ਆਪਣੇ ਆਪ ਦੇ ਵਿੱਚ ਹੁਣ ਫੈਡਰਲ ਗੌਰਮੈਂਟ ਨੇ ਸਾਰੀਆਂ PNP ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਉਹ ਇਸ ਤਰੀਕੇ ਦੇ ਨਾਲ ਸਿਲੈਕਸ਼ਨ ਕਰ ਸਕਦੇ ਆ ਅਤੇ ਜਿਨ੍ਹਾਂ ਨੂੰ ਐਕਸਟੈਂਸ਼ਨ ਦੀ ਲੋੜ ਹੈ ਉਹਨਾਂ ਨੂੰ ਐਕਸਟੈਂਡ ਕੀਤਾ ਜਾ ਸਕਦਾ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਆਪਣੇ ਆਪ ਦੇ ਵਿੱਚ ਇੱਕ ਗੁੱਡ ਨਿਊਜ਼ ਜਾਂ ਜਿਹੜੇ ਰਿਪੋਰਟ ਹੋਣ ਦੀ ਤਲਵਾਰ ਜਿਨ੍ਹਾਂ 'ਤੇ ਲਟਕੀ ਸੀ ਉਹਨਾਂ ਵਾਸਤੇ ਬਹੁਤ ਚੰਗੀਆਂ ਸੁਖਾਵੀਂ ਖਬਰ ਕਹੀ ਜਾ ਸਕਦੀ ਹੈ ਉਹਨਾਂ ਦੇ ਐਸਪੈਕਟ ਤੋਂ ਜੇਕਰ ਸੋਚਿਆ ਜਾਵੇ। ਸੋ ਜਲਦੀ ਤੋਂ ਜਲਦੀ ਇਹਦਾ ਬੈਨੀਫਿਟ ਜਿਹੜਾ ਉਹ ਜ਼ਰੂਰ ਲੈ ਲਿਓ, ਇਹ ਨਾ ਹੋਵੇ ਕਿ ਲੇਟ ਹੋ ਜਾਓ ਅਤੇ ਤੁਹਾਡਾ ਇਹ ਨਿਕਲ ਜਾਵੇ ਇਹ ਹੱਥੋਂ, ਜਿਹੜਾ ਇੱਕ ਮੌਕਾ ਹੈ। ਸੋ ਉਮੀਦ ਕਰਦਾ ਹੈ ਕਿ ਬਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇ ਤੁਹਾਡੇ ਸੋਪੀ ਹੈਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ।